ਵੱਡਾ ਛੱਕਾ ਵਿਕੀ ਥੋਮਸ ਤੂੰ ਪੰਜਾਬੀਆਂ ਨੂੰ ਛੱਕਾ ਕਹਿਣਾ ਪਿਆ ਨਾ ਤੂੰ ਸਾਰਿਆਂ ਨਾਲ ਵੱਡਾ ਛੱਕਾ ਜਿਹੜੀ ਥਾਲੀ ਦੇ ਵਿੱਚ ਖਾਦਾ ਉਸੇ ਦੇ ਵਿੱਚ ਹੀ ਭੈਣ ਚੋ ਤੇ ਵੀ ਹਰਾਮ ਕਰ ਦਿੱਤਾ ਤੂੰ ਜਿਹੜੀ ਥਾਲੀ ਚ ਖਾਣਾ ਤੋਂ ਉਸੇ ਚ ਹੀ ਹਰਾਮ ਕਰ ਦੇਣਾ ਗੁਰੂਆ Hindu ਧਰਮ ਦੇ ਵਿੱਚ ਤੂੰ ਗਿਆ ਪੈਰ ਚੱਟ ਚੱਟ ਕੇ ਫੋਟੋ ਲਾ ਦੇਣਾ ਤੇਰੀ ਮੈਂ ਪੈਰ ਚੱਟ ਚੱਟ ਕੇ ਤੂੰ ਉੱਥੇ ਗਿਆ ਉਹਨਾਂ ਨੇ ਵੀ ਤੈਨੂੰ ਪਜਾਤਾ ਉੱਥੋਂ ਤੇਰੀ ਕੋਈ ਉੱਥੇ ਬੁੱਕਤ ਨਹੀਂ ਤੇਰੀ ਕੋਈ ਵੈਲਿਊ ਨਹੀਂ ਉੱਥੇ ਹੈ ਫਿਰ ਤੂੰ ਇਸਾਈ ਭਾਈਚਾਰੇ ਦੇ ਵਿੱਚ ਗਿਆ ਉਥੇ ਵੀ ਉਹਨਾਂ ਨੇ ਵੀ ਤੂੰ ਉਥੇ ਵੀ ਹਰਕਤਾ ਕਰਦਾ ਹੋਏਗਾ ਤੇ ਉਥੇ ਵੀ ਉਹਨਾਂ ਨੂੰ ਬਦਨਾਮ ਕਰਦਾ ਹੋਏਗਾ ਉਹਨਾਂ ਨੇ ਤੈਨੂੰ ਫਿਰ ਉਥੋਂ ਕੱਢਤਾ ਹੈ ਫਿਰ ਤੂੰ ਸਿੱਖ ਧਰਮ ਦੇ ਵਿੱਚ ਆਇਆ ਸਿੱਖ ਧਰਮ ਦੇ ਵਿੱਚ ਤੇਰਾ ਉਹਨਾਂ ਨੇ ਅਹੁਦਾ ਇੰਨਾ ਉੱਚਾ ਕਰਤਾ ਤੇ ਗੁਰੂਆ ਤੂੰ ਸਾਡੇ ਤੇ ਸਿਰ ਤੇ ਚੜ ਕੇ ਆਉਣ ਲੱਗ ਗਿਆ ਤੈਨੂੰ ਪੰਜਾਬੀਆਂ ਨੇ ਸਾਡੇ ਪੰਜਾਬੀਆਂ ਨੇ ਬਣਾਇਆ ਤੇ ਤੂੰ ਗੁਰੂਆ ਉਹਨਾਂ ਦੇ ਸਿਰ ਤੇ ਚੜ ਕੇ ਆਉਣ ਲੱਗ ਗਿਆ ਯਾਰ ਫਿੱਟ ਦੀ ਲਾਹਣਤਾ ਤੇਰੇ ਤੇ ਹੈ ਪੰਜਾਬੀਆਂ ਨੇ ਤੈਨੂੰ ਇੰਨਾ ਉੱਚਾ ਵੈਲਿਊ ਬਣਾਈ ਤੇਰੀ ਤੇ ਤੂੰ ਉਹਨਾਂ ਨੂੰ ਹੀ ਗਲਤ ਕਹਿਣ ਲੱਗ ਗਿਆ ਬੜੀ ਸੋਹਣੀ ਗੱਲ ਆ ਤੇਰੇ ਵਾਸਤੇ ਯਾਰ ਹੈ ਫਿਰ ਅੱਜ ਤੇ ਮੈਂ ਪੂਲ ਮੈਂ ਖੋਲੂਗਾ ਹੁਣ ਵੇਖੀ ਚੱਲੀ ਫਿਰ ਤੂੰ ਉਹ ਕਿਨਰ ਨਾਲ ਵਿਆਹ ਕਰਾਇਆ ਲక్ష్ਮੀ ਜਿਹੜੇ ਆ ਹਨਾ ਤੂੰ ਆਪਦੀ ਪੀੜੀ ਥੱਲੇ ਸੋਟਾ ਮਾਰਿਆ ਵੀ ਤੂੰ ਕਿਸੇ ਨੂੰ ਸ਼ੱਕਾ ਕਹਿਣ ਲਾਓ ਸਾਡੇ ਪੰਜਾਬੀ ਆਹ ਕੁਝ ਨਹੀਂ ਕਰ ਦੇਗੇ ਜਿਹੜਾ ਕੁਝ ਤੂੰ ਕਰਦਾ ਫਿਰਦਾ ਵਾਂ ਦਲ ਨਹੀਂ ਬਦਲਦੇ ਤੇਰੇ ਵਾਂਗੂ ਠੀਕ ਆ ਨਾ ਕਦੇ ਉਸ ਉਸ ਕੋ ਕਿਨ ਕਹਿੰਦੇ ਇੱਕ ਚੁੱਲ੍ਹੇ ਦੇ ਹੋ ਗਿਆ ਕਦੇ ਉਸ ਚੁੱਲ੍ਹੇ ਤੇ ਹੋ ਗਿਆ ਕਦੇ ਉਸ ਚੁੱਲ੍ਹੇ ਤੇ ਆ ਕੁਛ ਨਹੀਂ ਕਰਦੇ ਸਾਡੇ ਵੀ ਆ ਬੀਜੀ ਦੇ ਨਾਲ ਖੜ ਗਏ ਆ ਨਾ ਡਟ ਕੇ ਖੜੇ ਆ ਠੀਕ ਆ ਨਾ ਤੇ ਗੁਰੂਆ ਤੂੰ ਉਹਨਾਂ ਨੂੰ ਬੇਇੱਜ਼ਤੀ ਕਰੀਂ ਜੰਨਾ ਤੂੰ ਉਹਨਾਂ ਦੀ ਉਹਨਾਂ ਨੇ ਛੱਕੇ ਕਹੀ ਜੰਨਾ ਤੂੰ ਆਪ ਸਾਰਾ ਨਾ ਵੱਡਾ ਸ਼ੱਕਾਂ ਵਾ ਸ਼ੱਕਿਆਂ ਦਾ ਗੁਰੂ ਆ ਤੂੰ ਕੜੇ ਤਾਲ ਹੈਗਾ ਤੂੰ ਸਰਨਾ ਵੱਡੀ ਹੈ ਤੂੰ ਕੋਈ ਗੱਲ ਕਰਦਾ ਮੇਰੇ ਕੋਲੇ ਓਏ ਫੇਰ ਤੂੰ ਫੇਰ ਤੂੰ ਹਣੀ ਸੇਠੀ ਨੂੰ ਮਾਰਾ ਕਹਿਣ ਲੱਗ ਗਿਆ ਤੂੰ ਕੀਤਾ ਕੀ ਵੀ ਆਉਦੇ ਲਈ ਯਾਰ ਕੀ ਗੱਲਾਂ ਕਰਦਾ ਤੂੰ ਤੂੰ ਲੋਕਾਂ ਲਈ ਕੀਤਾ ਕੀ ਆ ਪੰਜਾਬ ਦੇ ਦੱਸ ਦੇ ਮੈਨੂੰ ਲੜਾਈਆਂ ਝਗੜਿਆਂ ਤੋਂ ਬਿਨਾ ਜਿਨ੍ਹਾਂ ਨੇ ਸਾਨੂੰ ਬਣਾਇਆ ਤੇ ਤੂੰ ਉਹਨਾਂ ਨੂੰ ਮਾੜਾ ਕਹਿਣ ਲੱਗ ਗਿਆ ਉਹਨਾਂ ਦੇ ਚੜ੍ਹ ਕੇ ਆਉਣ ਲੱਗ ਗਿਆ ਯਾਰ ਤੂੰ ਮੀਟ ਆਂਡਾ ਮੱਛੀ ਕੁਛ ਖਾਣਾ ਸਾਡੇ ਲੋਕ ਖਾ ਸਾਡੇ ਲੋਕ ਗੰਦ ਖਾਈ ਆ ਅਸੀਂ ਕੀ ਲੈਣਾ ਤੇਰੇ ਤੋਂ ਪਰ ਤੂੰ ਜਿਹੜੋ ਪੰਜਾਬੀਆਂ ਨੂੰ ਮਾੜਾ ਕਹੇਂਗਾ ਫੇਰ ਤਾਂ ਤੇਰੇ ਭਾਈ ਤੇਰੇ ਸਿੰਘ ਤੇਰੇ ਭੰਨਾਂਗੇ ਤੇਰੇ ਗਲ 'ਚ ਗੂਠਾ ਦੇਵਾਂਗੇ ਅਸੀਂ ਫੇਰ ਜਿਹੜੇ ਪਾਹ ਪੱਟੀ ਵਾਲੇ ਮਾਝੀ ਵਾਲੇ ਬਾਬਾ ਜੀ ਆ ਉੱਥੇ ਤੈਨੂੰ ਉਹ ਕਹਿੰਦੇ ਸਾਹ ਖੁੱਲਾ ਚੈਲੰਜ ਆ ਕਹਿੰਦੇ ਵੜ ਕੇ ਖਾ ਤੂੰ ਉੱਥੇ ਨਹੀਂ ਜਾਂਦਾ ਪੰਜਾਬ 'ਚ ਤੂੰ ਆਉਂਦਾ ਨਹੀਂ ਡਰਦਾ ਹੈ ਫਿਰ ਹਣੀ ਸੇਠੀ ਨੂੰ ਤੂੰ ਮਾਰਾ ਕਹੀ ਜਨਾ ਉਹਨੇ ਗੁਰੂ ਆ ਕਿੰਨੇ ਲੋਕਾਂ ਦੇ ਘਰ ਚ ਲਾਏ ਆ ਹਣੀ ਸੇਠੀ ਨੇ ਚੱਲ ਚਲਾਉਣ ਵਾਲਾ ਤਾਂ ਮਾਲਕਾ ਪਰ ਇੱਕ ਵਿਧੀ ਤਾਂ ਉਹਨੇ ਬਣੀ ਐ ਨਾ ਉਹ ਤੂੰ ਕੀ ਕੀਤਾ ਹੈਂ ਜੇ ਉਹ ਚ ਰੁਪਈਆ ਤੇਰੇ ਨਿਕਲਦਾ ਆਨੇਗਾ ਉਹ ਬੰਦੇ ਨੇ ਕੀ ਕੀਤਾ ਆਪਦੀ ਫੇਸਬੁੱਕ ਦੀ ਕਮਾਈ ਵੀ ਪਾ ਕੇ ਤੇ ਨਾਲ ਆਪਦੇ ਪੱਲਿਓ ਵੀ ਪਾ ਕੇ ਪੈਸੇ ਲੋਕਾਂ ਦੇ ਘਰ ਚ ਲਾਈ ਜਾਂਦਾ ਹੋ ਰਾchn ਵੜਦਾ ਦਵਾਈਆਂ ਦਿੰਦਾ ਲੋਕਾਂ ਦੇ ਘਰ ਚ ਮਤਲਬ ਬਣਾ ਤੇ ਉਸ ਬੰਦੇ ਨੇ ਤੂੰ ਉਹਦੇ ਨਾਲ ਬਹਿਸ ਕਰੀ ਜਨਾ ਸ਼ਰਮ ਕਰ ਮਾੜੀ ਮੋਟੀ ਯਾਰ ਤੈਨੂੰ ਕੋਈ ਅਕਲ ਨਹੀਂ ਹੈਗੀ ਇਸ ਗੱਲ ਦੀ ਹੈ ਫਿਰ ਤੂੰ ਹਿੰਦੂ ਧਰਮ ਵਾਲਿਆਂ ਦੇ ਪੈਰ ਚ ਟੇ ਫਿਰ ਸਾਈ ਧਰਮ ਦੇ ਵਿੱਚ ਕੀ ਕੀ ਜੇ ਤਾਂ ਤੇਰੀ ਯਾਰ ਤੂੰ ਕੀ ਗੱਲ ਕਰਨ ਜੋਗਾ ਗੁਰੂ ਆ ਤੈਨੂੰ ਤਾਂ ਸ਼ਰਮਣਾ ਮਰ ਜਣਾ ਚਾਹੀਦਾ ਫਿਰ ਤੂੰ ਬਹਿਸ ਕਰਦਾ ਮੈਂ ਆਂਡਾ ਖਾਊਂਗਾ ਮੀਟ ਖਾਊਂ ਸਾਡੇ ਲਈ ਕੁਛ ਖਾਈ ਜਾ ਸਾਡੇ ਸਿਰ ਤੇ ਕੋਈ ਅਸਰ ਨਹੀਂ ਪਰ ਜੇ ਤੂੰ ਪੰਜਾਬੀਆਂ ਦੇ ਨਾਲ ਇਹ ਕੋ ਕਰੇਗਾ ਨਾ ਤੈਨੂੰ ਖੁੱਲਾ ਚੈਲੰਜ ਹੈ ਮੇਰਾ ਜਵਾਕ ਨਾ ਸਮਝ ਲਈ ਖੁੱਲਾ ਚੈਲੰਜ ਜਦੋਂ ਮਰਜ਼ੀ ਮੈਂ ਲਈ ਮੈਨੂੰ ਠੀਕ ਹੈ ਨਾ ਸਮਝ ਲੱਗੀ ਨਾ ਇਹ ਮੈਂ ਤੇਰੇ ਦਿਮਾਗ ਦੇ ਵਿੱਚ ਵਹਿਮ ਕੱਢ ਦੇਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਜਣੇ ਤਾਂ ਜੋ ਉਸ ਉਸ ਸ਼ੱਕੇ ਤੱਕ ਵਿੱਕੀ ਸ਼ੱਕੇ ਤੱਕ ਪਹੁੰਚ ਜਾਵੇ ਠੀਕ ਹੈ ਨਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਨਮੋਲ ਖਣੀ ਸੇਠੀ ਠੀਕ ਆ ਨਾ ਇਹ ਬੰਦਿਆਂ ਦੀ ਤੋਂ ਬਰਾਬਰੀ ਜਮਾ ਨਹੀਂ ਕਰਦਾ